ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਸਟੈਪਿੰਗ ਸਟੋਨ ਪੰਜਾਬੀ ਰੀਡਰ 7A 2019 ਐਡੀਸ਼ਨ ਲੈਸਨ ਛੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਅੱਜ ਅਸੀਂ ਬਹੁਤ ਪਿਆਰੀ ਸਾਕੀ ਪੜਾਂਗੇ ਗੁਰੂ ਨਾਨਕ ਦੇਵ ਜੀ ਦੇ ਬਾਰੇ ਵਿੱਚ ਗੁਰੂ ਨਾਨਕ ਦੇਵ ਜੀ ਅਤੇ ਬਗਦਾਦ ਦੇ ਬਹਿਲੋਲ ਸ਼ਾਹ ਦੇ ਪ੍ਰਸ਼ਨ ਸੋ ਕੀ ਦੇ ਨਾਲ ਉਹਨਾਂ ਦੇ ਪ੍ਰਸ਼ਨ ਹੋਏ ਸੀ ਬਹਿਲੋਲ ਸ਼ਾਹ ਨਾਲ ਕਿਸ ਦੇਸ਼ ਦਾ ਰਹਿਣ ਵਾਲਾ ਸੀ ਬਗਦਾਦ ਦਾ ਠੀਕ ਹੈ ਤੇ ਇਹ ਮੈਂ ਸੰਤ ਸਿੰਘ ਮਖਿੰਦੀ ਦੀ ਸਾਖੀ ਸੁਣੀ ਤੇ ਉਹਦੇ ਆਧਾਰਿਤ ਮੈਂ ਇਹ ਸਾਖੀ ਲਿਖੀ ਠੀਕ ਰੀਡਿੰਗ ਤੁਹਾਡਾ ਕਿਹੜਾ ਸਟੈਂਡਰਡ ਹੈ ਸਟੂਡੈਂਟਸ ਕੈਨ ਆਇਡੈਂਟੀਫਾਈ ਕ੍ਰੋਨੋਲੋਜੀਕਲ ਸੀਕਵੈਂਸ ਆਫ ਹਿਸ ਸਟੋਰੀ ਇਹਦੇ ਚ ਪਹਿਲਾਂ ਕੀ ਘਟਨਾ ਹੋਈ ਫਿਰ ਕੀ ਹੋਈ ਫਿਰ ਕੀ ਹੋਈ ਇਹ ਤੁਸੀਂ ਸਿੱਖੋਗੇ ਜਿਵੇਂ ਅਸੀਂ ਰੱਬ ਨੂੰ ਵਾਹਿਗੁਰੂ ਕਹਿੰਦੇ ਹਾਂ ਮੁਸਲਮਾਨ ਲੋਕ ਰੱਬ ਨੂੰ ਖੁਦਾ ਕਹਿੰਦੇ ਹਨ ਪੀਰ ਦਸਤਗੀਰ ਰੱਬ ਨੂੰ ਮੰਨਦਾ ਸੀ ਪੀਰ ਦਸਤਗੀਰ ਇਸ ਆਲਸੋ ਹਿਸ ਨੇਮ ਉਸਦੇ ਮਨ ਵਿੱਚ ਰੱਬ ਦੇ ਬਾਰੇ ਵਿੱਚ ਕੁਝ ਸਵਾਲ ਜਾਂ ਪ੍ਰਸ਼ਨ ਸਨ ਉਸ ਨੇ ਤਿੰਨ ਸਵਾਲ ਗੁਰੂ ਜੀ ਨੂੰ ਪੁੱਛੇ ਖੁਦਾ ਤੋਂ ਪਹਿਲਾਂ ਕੀ ਸੀ ਜੇਕਰ ਰੱਬ ਨੇ ਦੁਨੀਆ ਬਣਾਈ ਤਾਂ ਰੱਬ ਨੂੰ ਕਿਸ ਨੇ ਬਣਾਇਆ ਨੰਬਰ 2 ਖੁਦਾ ਰੰਦਾ ਕਿੱਥੇ ਹੈ ਨੰਬਰ 3 ਖੁਦਾ ਕੀ ਕਰਦਾ ਹੈ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਪੀਰ ਜੀ ਮੈਂ ਤੁਹਾਡੇ ਸਵਾਲਾਂ ਦਾ ਜਵਾਬ ਦੇਵਾਂਗਾ ਜੋ ਮੈਂ ਕਹਾਂਗਾ ਤੁਸੀਂ ਉਹੀ ਕਰੋਗੇ ਇੱਕ ਮੋਤੀਆਂ ਦਾ ਥਾਲ ਮੰਗਾਓ ਪੀਰ ਨੇ ਸੋਚਿਆ ਕਿ ਇਹ ਫਕੀਰ ਲਾਲਚੀ ਹੈ ਪਰ ਉਸਨੇ ਮੋਤੀਆਂ ਦਾ ਥਾਲ ਮੰਗਾਇਆ ਗੁਰੂ ਨਾਨਕ ਦੇਵ ਜੀ ਨੇ ਕਿਹਾ ਇਸ ਥਾਲ ਵਿੱਚ ਪਏ ਹੋਏ ਮੋਤੀ ਤੁਸੀਂ ਆਪ ਹੀ ਗਿਣੋ ਮੋਤੀਆਂ ਦਾ ਥਾਲ ਬਿਲਕੁਲ ਜਾਇਆ ਗਿਆ ਪੀਰ ਨੇ ਇੱਕ ਮੋਤੀ ਨੂੰ ਹੱਥ ਲਾਇਆ ਤੇ ਬੋਲਿਆ ਇੱਕ ਇੱਕ ਹੋਰ ਮੋਤੀ ਨੂੰ ਹੱਥ ਲਾਇਆ ਤੇ ਬੋਲਿਆ ਦੋ ਫਿਰ ਤਿੰਨ ਫਿਰ ਚਾਰ ਗੁਰੂ ਜੀ ਨੇ ਹੱਥ ਝੁਕਿਆ ਤੇ ਗਿਆ ਠਹਿਰ ਜਾਓ ਇਹ ਗਿਣਤੀ ਗਲਤ ਹੈ ਫਿਰ ਤੋਂ ਸ਼ੁਰੂ ਕਰੋ ਪੀਰ ਹੈਰਾਨ ਹੋਇਆ ਕਿ 1 2 3 ਵਿੱਚ ਕੀ ਗਲਤੀ ਸੀ ਉਸਨੇ ਦੁਬਾਰਾ ਗਿਣਨਾ ਸ਼ੁਰੂ ਕਰ ਦਿੱਤਾ 1 2 ਗੁਰੂ ਜੀ ਨੇ ਫਿਰ ਕਿਹਾ ਠਹਿਰ ਜਾਓ ਇਹ ਗਲਤੀ ਗਿਣਤੀ ਗਲਤ ਹੈ ਪੀਰ ਨੂੰ ਕੁਝ ਗੁੱਸਾ ਆਇਆ ਫਕੀਰ ਜੀ ਕਮਾਲ ਕਰਦੇ ਹੋ ਮੈਂ ਠੀਕ ਤਾਂ ਗਿਣ ਰਿਹਾ ਹਾਂ ਗਿਣਤੀ ਤਾਂ ਇੱਕ ਤੋਂ ਹੀ ਸ਼ੁਰੂ ਹੁੰਦੀ ਹੈ ਮੈਂ ਦੁਬਾਰਾ ਗਿਣਦਾ ਹਾਂ ਹੁਣ ਜਿੱਥੇ ਮੈਂ ਗਲਤੀ ਕਰਾਂ ਤੁਸੀਂ ਉੱਥੇ ਹੀ ਰੋਕ ਦੇਣਾ ਪੀਰ ਗਿਣਨ ਲੱਗਿਆ ਇੱਕ ਗੁਰੂ ਨਾਨਕ ਨੇ ਹੱਥ ਖੜਾ ਕਰਕੇ ਕਿਹਾ ਠਹਿਰੋ ਇੱਥੇ ਹੀ ਗਲਤੀ ਹੈ ਪੀਰ ਦਸਤਗੀਰ ਨੇ ਗੁਰੂ ਜੀ ਵੱਲ ਖੂਰ ਕੇ ਦੇਖਿਆ ਫਕੀਰ ਜੀ ਇੱਕ ਤੋਂ ਪਹਿਲਾਂ ਤਾਂ ਕੁਝ ਵੀ ਨਹੀਂ ਤੁਸੀਂ ਤਾਂ ਮੈਨੂੰ ਇੱਕ ਤੇ ਹੀ ਰੋਕ ਦਿੱਤਾ ਗੁਰੂ ਜੀ ਨੇ ਕਿਹਾ ਹਾਂ ਪੀਰ ਜੀ ਤੁਸੀਂ ਠੀਕ ਕਹਿ ਰਹੇ ਹੋ ਕਿ ਇੱਕ ਤੋਂ ਪਹਿਲਾਂ ਕੁਝ ਨਹੀਂ ਉਸ ਇੱਕ ਰੱਬ ਤੋਂ ਪਹਿਲਾਂ ਵੀ ਕੁਝ ਨਹੀਂ ਰੱਬ ਹੀ ਸਭ ਦੀ ਸ਼ੁਰੂਆਤ ਹੈ ਪੀਰ ਦਸਤਗੀਰ ਸਮਝ ਗਿਆ ਕਿ ਗੁਰੂ ਜੀ ਰੱਬੀ ਇਨਸਾਨ ਹਨ ਖੁਦਾ ਤੋਂ ਪਹਿਲਾਂ ਕੁਝ ਨਹੀਂ ਉਸ ਦਾ ਸਿਰ ਗੁਰੂ ਜੀ ਦੇ ਅੱਗੇ ਝੁਕ ਗਿਆ ਸੋ ਐਸਾਖੀ ਇਸੇ ਸਾਡੀ ਇਹਦੇ ਵਿੱਚ 352 ਵਰਡਸ 352 ਸ਼ਬਦ ਨੇ ਤੇ ਜੇ ਤੁਸੀਂ 70 ਸ਼ਬਦ 1 ਮਿੰਟ ਵਿੱਚ ਪੜ ਸਕਦੇ ਹੋ 80 ਸ਼ਬਦ ਪੜ ਸਕਦੇ ਹੋ ਤੁਹਾਨੂੰ ਇਹ 4-5 ਮਿੰਟ ਲੱਗਣਗੇ ਸਟੋਰੀ ਪੜਨ ਐਸਾਖੀ ਪੜਨ ਵਿੱਚ ਠੀਕ ਹੈ ਅਭਿਆਸ ਗੁਰੂ ਨਾਨਕ ਦੇਵ ਜੀ ਦੇ ਜੀ ਅਤੇ ਬਗਦਾਦ ਦੇ ਬੈਲੋਲ ਸ਼ਾ ਦੇ ਪ੍ਰਸ਼ਨ ਨੰਬਰ 1 ਸੋ ਸਾਖੀ ਨੰਬਰ 1 ਸਾਡੀ ਹੈ ਹੇਠਾਂ ਲਿਖ ਕੇ ਪ੍ਰਸ਼ਨਾਂ ਦੇ ਠੀਕ ਜਵਾਬ ਲਿਖੋ ਮੁਸਲਮਾਨ ਲੋਕ ਰੱਬ ਨੂੰ ਕਿਸ ਨਾਮ ਨਾਲ ਬੁਲਾਉਂਦੇ ਹਨ ਸੋ ਤੁਸੀਂ ਇਸ ਪ੍ਰਸ਼ਨ ਦੇ ਵਿੱਚੋਂ ਸ਼ਬਦ ਲੈ ਕੇ ਇੱਥੇ ਲਿਖੋਗੇ ਮੁਸਲਮਾਨ ਲੋਕ ਰੱਬ ਨੂੰ ਖੁਦਾ ਦੇ ਨਾਮ ਨਾਲ ਬੁਲਾਉਂਦੇ ਹਨ ਠੀਕ ਹੈ देन ਯੂ ਕੈਨ ਲੁੱਕ ਬੈਕ ਟੂ ਫॉर ði ਅਨਸਰਸ ਪੀਰ ਨੇ ਗੁਰੂ ਜੀ ਕੋਲੋਂ ਕਿਹੜੇ ਤਿੰਨ ਸਵਾਲ ਪੁੱਛੇ ਪੀਰ ਨੇ ਗੁਰੂ ਜੀ ਕੋਲੋਂ ਇਹੇ ਤਿੰਨ ਸਵਾਲ ਪੁੱਛੇ ਨੰਬਰ 1 ਨੰਬਰ 2 ਨੰਬਰ 3 ਜਦ ਗੁਰੂ ਨਾਨਕ ਦੇਵ ਜੀ ਨੇ ਮੋਤੀਆਂ ਦਾ ਥਾਲ ਮੰਗਵਾਇਆ ਤਾਂ ਪੀਰ ਨੇ ਗੁਰੂ ਜੀ ਬਾਰੇ ਕੀ ਸੋਚਿਆ ਸੋ ਯੂ ਕੈਨ ਰਪੀ ਆਲ ðiਸ ਵਰਡਸ অর ਯੂ ਕੈਨ ਜਸਟ ਰਾਈਟ ði ਐਂਸਰ ਠੀਕ ਹੈ ਗੁਰੂ ਨਾਨਕ ਦੇਵ ਜੀ ਨੇ ਖੁਦਾ ਤੋਂ ਤੋਂ ਪਹਿਲਾਂ ਦਾ ਕੀ ਸੀ ਦਾ ਕੀ ਜਵਾਬ ਦਿੱਤਾ ਸੋ ਜਦੋਂ ਉਹਨਾਂ ਨੇ ਕਿਹਾ ਖੁਦਾ ਤੋਂ ਪਹਿਲੇ ਕੀ ਸੀ ਤਾਂ ਗੁਰੂ ਨਾਨਕ ਦੇਵ ਨੇ ਕੀ ਕਿਹਾ ਤੁਸੀਂ ਉਹਦਾ ਜਵਾਬ ਇੱਥੇ ਲਿਖੋਗੇ Many events took place in this Saki, and that's our standard now. Read the events to identify chronological sequence of events and then write correct order number in which they happen in front of them. So how will you find out what happened first, what happened second? Number one, you can try to remember the story, but if you don't remember the story, go back, read the story again, and then you will write the um, event numbers in front of the, these events. Ticket. ਨੈਕਸਟ ਕੁਐਸਚਨ ਐ ਸੈਂਟੈਂਸ ਪਾਰਟਸ ਨੇ ਸੋ ਥਿਸ ਇ ਸੈਂਟੈਂਸ ਪਾਰਟ ਨੰਬਰ 1 ਸੈਂਟੈਂਸ ਪਾਰਟ ਨੰਬਰ 2 ਅਸੀਂ ਇਹਨਾਂ ਨੂੰ ਇੱਧਰ ਕਨੈਕਟ ਕਰਾਂਗੇ ਤੇ ਫਿਰ ਕਨੈਕਟ ਕਰਕੇ ਜਿਹੜਾ ਪੂਰਾ ਵਾਕ ਬਣੇਗਾ ਉਹਨੂੰ ਅਸੀਂ ਇੱਥੇ ਲਿਖਾਂਗੇ ਜਿਵੇਂ ਅਸੀਂ ਰੱਬ ਨੂੰ ਵਾਹਿਗੁਰੂ ਕਹਿੰਦੇ ਹਾਂ ਮੁਸਲਮਾਨ ਲੋਕ ਰੱਬ ਨੂੰ ਖੁਦਾ ਕਹਿੰਦੇ ਹਨ ਇਹ ਪੂਰਾ ਵਾਕ ਤੁਸੀਂ ਇੱਥੇ ਲਿਖੋ ਕਿ ਹੋ ਸਕਦਾ ਤੁਹਾਨੂੰ ਕਿਸੇ ਵਾਕ ਵਾਸਤੇ ਦੋ ਲਾਈਨਾਂ ਚਾਹੀਦੀਆਂ ਹੋਣ ਤਾਂ ਤੁਸੀਂ ਦੋ ਲਾਈਨਾਂ ਤੇ ਲਿਖ ਸਕਦੇ ਹੋ ਤੁਸੀਂ ਨਾਲ-ਨਾਲ ਵੀ ਸਾਰੇ ਲਿਖ ਸਕਦੇ ਹੋ ਠੀਕ ਹੈ ਨੈਕਸਟ ਤੁਸੀਂ ਹੋਮਵਰਕ ਕਰੋਗੇ ਇੱਕ ਜਰਨਲ ਲਿਖੋ ਤੁਹਾਡੇ ਪੇਜ ਕਿਤਾਬ ਦੇ ਵਿੱਚ ਪੇਜ 8 ਜਾਂ 9 ਤੇ ਲਿਖੇ ਵਿਸ਼ੇ ਨੇ ਉਹਨਾਂ ਵਿੱਚੋਂ ਕੋਈ ਇੱਕ ਵਿਸ਼ਾ ਚੁਣ ਕੇ ਤੁਸੀਂ ਇੱਥੇ ਛੋਟਾ ਜਿਹਾ ਇੱਕ ਪੈਰਾਗ੍ਰਾਫ ਲਿਖੋਗੇ ਐਂ ਉਹਦੇ ਨਾਲ ਤੁਹਾਨੂੰ ਰੀਡਿੰਗ ਦੀ ਪ੍ਰੈਕਟਿਸ ਵੀ ਹੋ ਜਾਏਗੀ ਰਾਈਟਿੰਗ ਦੀ ਪ੍ਰੈਕਟਿਸ ਵੀ ਹੋ ਜਾਏਗੀ ਤੇ ਇਹਦੇ ਨਾਲ ਤੁਸੀਂ ਪੰਜਾਬੀ ਦੇ ਬਿਹਤਰ ਪੜਾਕੂ ਬਣ ਰਹੇ ਹੋ ਠੀਕ ਹੈ ਸੋ ਅੱਜ ਦਾ ਲੈਸਨ ਆਪਣਾ ਇੰਨਾ ਹੀ ਹੈ ਤੇ ਆਪਾਂ ਅਗਲੇ ਲੈਸਨ ਵਿੱਚ ਫਿਰ ਮਿਲਾਂਗੇ ਅੰਟਿਲ ਦੈਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ